ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀ ਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਬਰ 'ਤੇ ਨਜ਼ਰ ਵਿਦ ਡਾਕਟਰ ਹਰਜਿੰਦਰ ਸਿੰਘ ਵਾਲੀ ਆ ਸ਼ੋਅ ਦੇ ਵਿੱਚ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਟੂਡੀਓ ਵਿੱਚ ਆਉਣ 'ਤੇ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਜੀ, ਬਹੁਤ ਸਵਾਗਤ ਆਪ ਜੀ ਦਾ ਸਟੂਡੀਓ ਵਿੱਚ ਆਉਣ ਦੇ ਲਈ। ਸਤਿ ਸ੍ਰੀ ਅਕਾਲ ਜੀ। ਡਾਕਟਰ ਸਾਹਿਬ ਜੀ, ਜੇ ਅਸੀਂ ਅੱਜ ਸਭ ਤੋਂ ਪਹਿਲੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ, ਸਿੱਖ ਕੈਦੀਆਂ ਦੀ ਰਿਹਾਈ ਬਾਰੇ ਵੀ ਚਰਚਾ ਹੋਈ। ਪਤਾ ਨਹੀਂ ਹੋਈ ਜਾਂ ਨਹੀਂ, ਉਹਨਾਂ ਨੇ ਕਿਹਾ ਨਾ ਜੀ, ਤੇ ਕੋਈ ਨਰਿੰਦਰ ਮੋਦੀ ਵੱਲੋਂ ਤਾਂ ਕੁਛ ਨਹੀਂ ਆਇਆ। ਅਸਲ ਵਿੱਚ ਮਨਦੀਪ, ਇਹ ਵਫਦ ਨਹੀਂ ਮਿਲਿਆ, ਅਸਲ ਤਾਂ ਇਉਂ ਹੋਇਆ ਹੈ ਕਿ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ, ਜਿਨ੍ਹਾਂ ਦਾ ਰਾਜ ਇਸ ਦੇਸ਼ ਦੇ ਵਿੱਚ ਚੱਲ ਰਿਹਾ ਹੈ, ਹੁਣ ਇਲੈਕਸ਼ਨ ਆ ਰਹੀ ਹੈ, ਜਿਮਨੀ ਚੋਣਾਂ ਹਾਰ ਗਏ ਭਾਰਤੀ ਜਨਤਾ ਪਾਰਟੀ, ਉਹਨਾਂ ਨੂੰ ਲੱਗਿਆ ਕਿ ਸਾਡੇ ਜਿਹੜੇ ਭਾਈਵਾਲ ਪਾਰਟੀਆਂ ਉਹ ਟੁੱਟ ਰਹੀਆਂ ਨੇ ਜੀ, ਔਰ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਵਾਲੇ ਵੀ ਲਗਾਤਾਰ ਕਹਿ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਵਾਲੇ ਖੁਸ਼ ਨਹੀਂ। ਨਰੇਸ਼ ਗੁਜਰਾਲ ਨੇ ਤਾਂ ਬਹੁਤ ਵਾਰ ਕਿਹਾ ਸੀ, ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਕਿਹਾ, ਈਵਨ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਕਿਹਾ ਕਿ ਚੰਦਰ ਬਾਬੂ ਨਾਇਡੂ ਛੱਡ ਗਿਆ ਅਤੇ ਸਾਨੂੰ ਵੀ ਕੁਛ ਸੋਚਣਾ ਚਾਹੀਦਾ ਹੈ। ਇਸ ਤਰਜ਼ 'ਤੇ ਗੱਲ ਚੱਲਣ ਲੱਗੀ ਸੀ ਅਤੇ ਹੁਣ ਪੰਜਾਬ ਦੇ ਵਿੱਚ ਫਿਰ ਇੱਕ ਇੱਕ ਸੀਟ ਦੀ ਬੜੀ ਅਹਿਮੀਅਤ ਹੁੰਦੀ ਹੈ ਅਤੇ ਉਹ ਆਏ ਅਮਿਤ ਸ਼ਾਹ, ਅਤੇ ਅਮਿਤ ਸ਼ਾਹ ਨੇ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਘਰ ਉਹਨਾਂ ਨਾਲ ਮੁਲਾਕਾਤ ਕੀਤੀ, ਉੱਥੇ ਜਿਹੜੇ ਗਿਲੇ ਸ਼ਿਕਵੇ ਹੋਏ ਉਹਨਾਂ 'ਚੋਂ ਮੀਟਿੰਗ ਤੈਅ ਹੋਈ। ਪਹਿਲਾਂ ਕੋਈ ਸ਼ਡਿਊਲ ਨਹੀਂ ਸੀ ਅਤੇ ਇੰਨੀ ਜਲਦੀ ਕਦੇ ਨਰਿੰਦਰ ਮੋਦੀ ਮਿਲਦੇ ਵੀ ਨਹੀਂ। ਅਗਲੇ ਦਿਨ ਹੀ ਸਵੇਰੇ 10 ਵਜੇ ਡੈਲੀਗੇਸ਼ਨ ਉੱਥੇ ਗਿਆ। ਹੁਣ ਇਹ ਡੈਲੀਗੇਸ਼ਨ ਦਾਅਵਾ ਕਰਦਾ, ਜਿਵੇਂ ਅਮਿਤ ਸ਼ਾਹ ਦਾ ਦਾਅਵਾ ਕੀਤਾ ਸੀ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਦੇ ਸਾਹਮਣੇ ਜਾ ਕੇ, ਇਸੇ ਤਰ੍ਹਾਂ ਹੁਣ ਕੱਲ੍ਹ ਬੀਬਾ ਹਰਸਿਮਰਤ ਕੌਰ ਨੇ ਦਾਅਵਾ ਕੀਤਾ ਕਿ ਅਸੀਂ ਕੀ ਕਿਹਾ। ਅਸੀਂ ਕਿਹਾ ਕਿ ਉੱਥੇ GST ਦਾ ਤੁਸੀਂ ਜਿਹੜਾ ਮਸਲਾ ਉਠਾਇਆ ਉਹਦਾ ਧੰਨਵਾਦ ਕੀਤਾ, 550ਵਾਂ ਜਿਹੜਾ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਮਨਾਉਣਾ ਉਹਦੇ ਬਾਰੇ ਇੱਕ ਕਮੇਟੀ ਬਣਾਉਣ ਦੀ ਗੱਲ ਕੀਤੀ, ਇਹ ਗੱਲਾਂ ਉਹਨਾਂ ਨੇ ਕਹੀਆਂ। ਹੋਰ ਜਿਹੜੇ ਕੁਛ ਸਿੱਖ ਮਸਲੇ ਸੀ ਉਹਨਾਂ ਦੀ ਗੱਲ ਕੀਤੀ, ਪੰਜਾਬ ਨੂੰ 800 ਕਰੋੜ ਗੰਨਾ ਉਤਪਾਦਕਾਂ ਨੂੰ ਦਿੱਤਾ ਉਹਦੇ ਲਈ ਧੰਨਵਾਦ ਕੀਤਾ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਨਰਿੰਦਰ ਮੋਦੀ ਨਾਲ ਕੀਤੀਆਂ, ਲੇਕਿਨ ਕੀਤੀਆਂ ਜਾਂ ਨਾ ਕੀਤੀਆਂ ਨਹੀਂ ਪਤਾ ਕਿਹੜੀ ਗੱਲ ਕੀਤੀ, ਪਰ ਜਿਹੜੀ GST ਦਾ ਜਿਹੜਾ ਮਸਲਾ ਇਹ ਤੇ ਮੈਂ ਜ਼ਰੂਰ ਟਿੱਪਣੀ ਕਰਾਂਗਾ ਕਿ GST ਤੇ ਵਾਰ ਵਾਰ ਨਾ ਕਹੋ ਕਿ ਉੱਥੇ ਉਹਦਾ GST ਮਾਫ਼ ਕਰਤਾ, GST ਮਾਫ਼ ਨਹੀਂ ਹੋਇਆ। ਹੁਣ ਤਾਂ ਸਭ ਨੂੰ ਪਤਾ ਲੱਗ ਗਿਆ ਕਿ ਲੰਗਰ 'ਤੇ GST ਮਾਫ਼ ਨਹੀਂ ਹੋਇਆ, ਬਲਕਿ ਜਿਹੜੇ ਵੀ ਧਾਰਮਿਕ ਸਥਾਨ, ਮੰਦਰ, ਮਸਜਿਦ, ਚਰਚ ਅਤੇ ਗੁਰਦੁਆਰਾ ਜਿੱਥੇ ਵੀ ਪਿਛਲੇ 5 ਸਾਲ ਤੋਂ 5,000 ਤੋਂ ਵੱਧ ਮਹੀਨੇ ਦੇ ਬੰਦੇ ਰੋਟੀ ਖਾਂਦੇ ਨੇ, ਉਹਨਾਂ ਨੂੰ ਇੱਕ ਕਲਚਰ ਅਫੇਅਰ ਮਿਨਿਸਟਰੀ ਨੇ ਇੱਕ ਦਰਪਣ ਨਾਂ ਦੀ ਸਾਈਟ ਬਣਾਈ ਆ, ਉਹ 'ਚ ਰਜਿਸਟਰ ਹੋਣਾ ਪਏਗਾ। ਉਹਦੇ ਵਿੱਚ ਤੁਸੀਂ ਲਿਖੋਗੇ ਕਿ ਅਸੀਂ ਇੰਨੀ ਰਸਤ ਖਰੀਦੀ, ਉਹ ਰਸਤ ਦੇ ਲਈ ਫਿਰ ਕਹੋਗੇ ਕਿ ਸਾਨੂੰ ਜਿਹੜਾ ਉਹ ਰਸਤ ਦੇ ਉੱਤੇ ਜਿਹੜਾ ਟੈਕਸ ਆ ਉਹ ਮਾਫ਼ ਕੀਤਾ ਜਾਵੇ, ਫਿਰ ਸਰਕਾਰ ਕਰੇਗੀ ਜਾਂ ਨਾ ਕਰੇਗੀ ਇਹ ਉਹਦੀ ਮਰਜ਼ੀ ਹੈ। ਔਰ ਇਹ ਹੈ ਵੀ 18 ਤੇ 19 ਤੇ 20 ਲਈ, 20 ਤੋਂ ਬਾਅਦ ਸਰਕਾਰ ਇਸ ਨੂੰ ਦੁਬਾਰਾ ਰਿਵਿਊ ਕਰੇਗੀ, ਇਹ ਅਸਲੀ ਗੱਲ ਹੈ। ਸ਼੍ਰੋਮਣੀ ਕਮੇਟੀ ਦੇ ਕੁਛ ਮੈਂਬਰਾਂ ਨੇ ਵੀ ਇਹਦੇ ਬਾਰੇ ਗੱਲ ਕੀਤੀ, ਚੜ੍ਹਦੀ ਕਲਾ ਟਾਈਮ TV ਨੇ ਇੱਕ ਪ੍ਰੋਗਰਾਮ ਕੀਤਾ ਸੀ, ਉਹ 'ਚ ਸਪਸ਼ਟ ਦੱਸਿਆ ਸੀ ਕਿ ਇਹ ਮਸਲਾ ਹੈ ਕੀ। ਐਨੀਵੇ ਪੋਲੀਟੀਕਲ ਜਿਹੜੇ ਹੈ, ਇੱਕ ਸਿਆਸੀ ਪਾਰਟੀ ਨੇ ਲਾਹਾ ਲੈਣਾ ਹੁੰਦਾ ਉਹ ਲੈਣ, ਉਧਰੋਂ ਕਾਂਗਰਸੀ ਮਿਨਿਸਟਰ ਵੀ ਕਹਿੰਦਾ ਕਿ ਮੈਂ ਕਰਵਾ ਕੇ ਲਿਆਇਆ ਗੰਨਾ ਉਤਪਾਦ ਜਿਹੜਾ 800 ਕਰੋੜ ਰੁਪਈਆ, ਜਿਹਨੇ ਵੀ ਕਰਾਇਆ ਲੋਕਾਂ ਨੂੰ ਫਾਇਦਾ ਹੋਣਾ ਚਾਹੀਦਾ। ਲੇਕਿਨ ਇੱਕ ਗੱਲ ਚੰਗੀ ਹੋਏਗੀ, ਮੈਂ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਕਹਾਂਗਾ ਕਿ ਤੁਸੀਂ ਇਹ ਗੱਲ ਜ਼ਰੂਰ ਕਰੋ, ਉਧਰੋਂ ਕੈਪਟਨ ਅਮਰਿੰਦਰ ਸਿੰਘ ਵੀ ਕਰ ਰਹੇ ਨੇ, ਕਿ ਬਾਬਾ ਨਾਨਕ ਦੇ ਨਾਂ 'ਤੇ ਤੁਸੀਂ ਜ਼ਰੂਰ ਇਕੱਠੇ ਹੋਵੋ, ਔਰ 550 ਇਹ ਤੁਹਾਡੇ ਸਮੇਂ ਦੇ ਵਿੱਚ ਆਇਆ, ਇਸ ਲਈ ਜ਼ਰੂਰ ਮਤਭੇਦ ਭੁਲਾ ਕੇ ਕੋਈ ਵੱਡਾ ਕੰਮ ਕਰੋ ਜਿਹੜਾ ਕਿ ਸਦੀਆਂ ਤੱਕ ਲੋਕ ਯਾਦ ਕਰਨ ਕਿ ਇੱਥੇ ਤੁਸੀਂ ਇਸ ਚੰਗੇ ਤਰੀਕੇ ਨਾਲ ਇਸ ਦੇਸ਼ ਨੇ ਜਿਹੜਾ ਜਗਤ ਗੁਰੂ ਬਾਬਾ ਨਾਨਕ ਦਾ ਜਨਮ ਦਿਨ ਮਨਾਇਆ। ਬਾਕੀ ਸਿਆਸੀ ਗੱਲਾਂ ਜਿਹੜੀਆਂ ਤੁਹਾਡੀਆਂ ਚੱਲਦੀਆਂ ਨੇ ਚੱਲਦੀਆਂ ਰਹਿਣ ਦਿਓ, ਅਤੇ ਇਹ ਗੱਲ ਵੀ ਸਪਸ਼ਟ ਹੈ ਕਿ ਤੁਹਾਨੂੰ ਵੀ ਪਤਾ, ਲੋਕਾਂ ਨੂੰ ਵੀ ਪਤਾ ਕਿ ਤੁਹਾਡੀ ਜਿਹੜੀ ਮੁਲਾਕਾਤ ਹੈ ਨਰਿੰਦਰ ਮੋਦੀ ਦੀ ਉਹ ਅਮਿਤ ਸ਼ਾਹ ਨੇ ਕਰਾਈ ਹੈ, ਉਹ ਵੀ ਇਲੈਕਸ਼ਨ ਕਰਕੇ ਕਰਾਈ ਹੈ। ਇਸ ਤੋਂ ਪਹਿਲਾਂ ਨਾ ਕਦੇ ਨਰਿੰਦਰ ਮੋਦੀ ਤੁਹਾਨੂੰ ਮਿਲਿਆ, ਜਿਹੜੇ ਤੁਸੀਂ ਅਰੁਣ ਜੇਤਲੀ ਤਾਂ ਕਹਿ ਰਹੇ ਸੀ ਟਰੱਕ ਭਰ ਕੇ ਪੈਸੇ ਆਉਣਗੇ, ਉਹ ਕਿੱਥੇ ਗਏ ਨੇ ਪੈਸੇ, ਪਤਾ ਤਾਂ ਲੱਗੇ, ਪੰਜਾਬੀ ਪੁੱਛਦੇ ਨੇ ਤੁਹਾਨੂੰ। ਇਸ ਦੀਆਂ ਗੱਲਾਂ ਤਾਂ ਹੁਣ ਪੰਜਾਬ ਨੂੰ ਸਮਝ ਆ ਰਹੀ ਹੈ ਔਰ ਲੋਕ ਅਵੇਅਰ ਹੋ ਰਹੇ ਨੇ। ਸੱਚਮੁੱਚੀ ਤੁਸੀਂ ਜਿਹੜੀਆਂ ਠੋਸ ਗੱਲਾਂ ਵੱਲ ਧਿਆਨ ਦਿਓ ਤਾਂ ਚੰਗੀ ਗੱਲ ਹੋਏਗੀ ਜੀ।
ਡਾਕਟਰ ਸਾਹਿਬ ਹੁਣ ਅਸੀਂ ਗੱਲ ਕਰੀਏ ਓਨਟਾਰੀਓ ਚੋਣਾਂ ਦੀ ਤਾਂ ਓਨਟਾਰੀਓ ਚੋਣਾਂ ਵਿੱਚ 7 ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ ਹੈ ਜੀ। ਦੇਖੋ ਕੈਨੇਡਾ ਹੁਣ ਦੂਜਾ ਪੰਜਾਬ ਹੈ ਬਿਲਕੁਲ, ਔਰ ਜਿੰਨੇ ਕੁ ਪੰਜਾਬੀ ਅਸੀਂ ਇੱਥੇ ਹੈ ਉਨੇ ਕੁ ਪਰਸੈਂਟੇਜ ਉੱਥੇ ਹੈ ਜੀ। ਉੱਥੇ ਵੀ ਅਸੀਂ 3.5 ਕਰੋੜ ਚੋਂ 1.7 ਦੇ ਕਿਹੜੇ ਪਹੁੰਚ ਗਏ ਔਰ ਗਿਣਤੀ ਸਾਡੀ ਆਏ ਸਾਲ ਵੱਧ ਰਹੀ ਹੈ। ਜਿਹੜਾ ਸਾਡੇ ਉੱਥੇ ਜਿਹੜੇ ਪੰਜਾਬ ਵਸੇ ਨੇ ਉਹਨਾਂ 'ਚ ਦੋ ਪੰਜਾਬ ਤਾਂ ਬਹੁਤ ਵੱਡੇ ਪੱਧਰ 'ਤੇ ਵੱਸ ਗਏ, ਇੱਕ ਸਰੀ ਦੇ ਵਿੱਚ, ਇੱਕ ਬਰੈਂਪਟਨ ਦੇ ਵਿੱਚ। ਓਨਟਾਰੀਓ ਜਿਹੜੀ ਸਟੇਟ ਹੈ ਉਹਦੇ 'ਚ 124 ਸੀਟਾਂ 'ਚੋਂ 7 ਪੰਜਾਬੀ ਜਿੱਤੇ ਨੇ ਔਰ 7 ਪੰਜਾਬੀਆਂ ਦੇ ਵੀ 3 ਏਰੀਏ ਨੇ ਪੰਜਾਬ ਦੇ ਉੱਥੇ ਜੀ। ਇੱਕ ਬਰੈਂਪਟਨ ਹੈ ਅਤੇ ਇੱਕ ਮਿਸੀਸਾਗਾ ਹੈ ਅਤੇ ਮਿਲਟਨ ਦਾ ਏਰੀਆ। ਇੱਥੇ ਪੰਜਾਬੀਆਂ ਦੀ ਗਿਣਤੀ ਬਹੁਤ ਹੈ, ਇੱਥੇ ਗੁਰਦੁਆਰਾ ਗੁਰੂ ਘਰ ਨੇ, ਇੱਥੇ ਪੰਜਾਬੀ ਵਿਚਰਦੇ ਨੇ। ਉਹਨਾਂ 'ਚੋਂ ਪਿਛਲੀ ਵਾਰ ਨਾਲੋਂ ਖੁਸ਼ੀ ਅਤੇ ਤਸੱਲੀ ਇਸ ਗੱਲ ਦੀ ਹੈ ਕਿ ਪਿਛਲੀ ਵਾਰ ਸਿਰਫ 4 ਪੰਜਾਬੀ ਸੀ, ਹੁਣ 7 ਪੰਜਾਬੀ ਨੇ। ਔਰ ਇਹ ਵੀ ਗੱਲ ਹੈ ਕਿ ਜਿਹੜੇ 7 ਪੰਜਾਬੀ ਨੇ ਉਹਨਾਂ ਦੇ ਵਿੱਚੋਂ ਜਿਹੜੇ ਲਿਬਰਲ ਪਾਰਟੀ ਨਾਲ, ਕਿਉਂਕਿ ਬੁਰੀ ਤਰੀਕੇ ਨਾਲ ਹਾਰੀ, 15 ਸਾਲ ਤੋਂ ਰਾਜ ਕਰ ਰਹੇ ਸੀ, 7 ਸੀਟਾਂ ਸਾਰੀਆਂ ਆਈਆਂ ਨੇ 124 ਚੋਂ। ਜਿਹੜੀ ਪਾਰਟੀ ਜਿੱਤੀ ਹੈ ਜਿਹਨੂੰ ਟੋਰੀ ਪਾਰਟੀ ਕਹਿੰਦੇ ਆ, ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਹੈ, ਉਹ ਪਾਰਟੀ ਨੇ ਸਭ ਤੋਂ ਜ਼ਿਆਦਾ ਜਿਹੜੀਆਂ ਸੀਟਾਂ ਲਈਆਂ ਨੇ, ਉਸ ਪਾਰਟੀ ਦੇ ਵਿੱਚ 76 ਸੀਟਾਂ ਜਿੱਤੀਆਂ ਨੇ। ਉਹਦੇ 'ਚੋਂ ਜਿਹੜੇ ਪੰਜਾਬੀ ਜਿੱਤੇ ਨੇ ਸ਼ਾਇਦ ਉਹਨਾਂ ਨੂੰ ਕੋਈ ਅੱਗੇ ਅਹੁਦੇ ਮਿਲਣ, ਇਹ ਖੁਸ਼ੀ ਦੀ ਗੱਲ ਹੈ ਔਰ ਤਸੱਲੀ ਵਾਲੀ ਗੱਲ ਹੈ ਕਿ ਸਾਡੇ ਜਿਹੜੇ ਬਹੁਤ ਸਾਰੇ ਗੁਰਸਿੱਖ ਪੰਜਾਬੀ ਵੀ ਉਹਦੇ 'ਚ ਜਿੱਤ ਰਹੇ ਨੇ। ਜਿਹੜਾ NDP ਦਾ ਕੌਮੀ ਪ੍ਰਧਾਨ ਹੈ ਜਗਮੀਤ ਸਿੰਘ, ਉਹਦਾ ਬ੍ਰਦਰ ਗੁਰਰਤਨ ਸਿੰਘ ਵੀ ਵਕੀਲ ਹੈ, ਉਹ ਵੀ ਜਿੱਤਿਆ ਜਿਹੜਾ NDP ਵੱਲੋਂ। ਸੋ ਪੰਜਾਬੀ ਉੱਥੇ ਵਧੀਆ ਕਰ ਰਹੇ ਨੇ ਔਰ ਸੱਚ ਮੁੱਚੀ ਕੈਨੇਡਾ ਦਾ ਪੰਜਾਬ ਹੁਣ ਸਾਡੇ ਪੰਜਾਬ ਨਾਲੋਂ ਸੱਚ ਮੁੱਚੀ ਵਧੀਆ ਬਣਦਾ ਜਾ ਰਿਹਾ, ਸਾਨੂੰ ਖੁਸ਼ੀ ਹੈ, ਅਸੀਂ ਮੁਬਾਰਕਬਾਦ ਦਿੰਦੇ ਹਾਂ ਉੱਥੋਂ ਦੇ ਪੰਜਾਬੀਆਂ ਨੂੰ ਜੀ। ਡਾਕਟਰ ਸਾਹਿਬ ਹੁਣ ਜੇ ਸਾਡੇ ਪੰਜਾਬ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਨਾਲ ਜੋ ਕਾਂਗਰਸ ਦੇ ਗਠਜੋੜ ਦੀਆਂ ਖਬਰਾਂ ਆ ਰਹੀਆਂ ਸੀ, ਸੋ ਪੰਜਾਬ ਮਾਮਲਿਆਂ ਬਾਰੇ ਜੋ ਇੰਚਾਰਜ ਆਸ਼ਾ ਕੁਮਾਰੀ ਨੇ ਨਕਾਰ ਦਿੱਤੀ ਹੈ ਸੰਭਾਵਨਾ। ਦੇਖੋ ਜੀ, ਇੱਕ ਤਾਂ ਸਮੇਂ ਤੋਂ ਪਹਿਲਾਂ ਰੌਲਾ ਰੱਪਾ ਜ਼ਿਆਦਾ ਪੈ ਰਿਹਾ, ਉਹ ਤਾਂ ਸੁਖਪਾਲ ਖਹਿਰਾ ਨੇ ਕਹਿ ਤਾ ਸੀ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ, ਫੂਲਕਾ ਨੇ ਕਹਿ ਤਾ ਜੇ ਕੀਤਾ ਕਾਂਗਰਸ ਨਾਲ ਮੈਂ ਛੱਡ ਜੂੰਗਾ, ਇਹ ਵੀ ਰੌਲਾ ਰੱਪਾ ਚੱਲ ਪਿਆ। ਲੇਕਿਨ ਜਦੋਂ ਹੁਣ ਮੀਡੀਆ ਦੇ ਵਿੱਚ ਇਹ ਗੱਲ ਆ ਜੇ ਔਰ ਜਿਹੜੀ ਸਭ ਤੋਂ ਵਿਰੋਧੀ ਪਾਰਟੀ, ਜਦੋਂ ਦੋ ਵਿਰੋਧੀ ਨੇ ਪੰਜਾਬ 'ਚ, ਅਤੇ ਉਹਦੇ 'ਚ ਫਿਰ ਇਹ ਇਸ ਕਿਸਮ ਦੀ ਕੰਟਰੋਵਰਸੀ ਦਾ ਐਂਡ ਜਿਹੜਾ ਕੱਲ੍ਹ ਹੋ ਗਿਆ, ਆਸ਼ਾ ਕੁਮਾਰੀ ਨੇ ਸਪਸ਼ਟ ਹੀ ਕਹਿਤਾ ਵੀ ਇਹਨਾਂ ਕੋਲ ਹੈ ਕੁਛ ਨਹੀਂ, ਸਾਡੀ ਹੈ ਵੱਡੇ ਵੱਡੇ ਪੰਜਾਬ 'ਚ, ਅਸੀਂ ਆਮ ਆਦਮੀ ਪਾਰਟੀ ਨਾਲ ਗਠਜੋੜ ਕੇ ਲੈਣਾ ਕੀ ਹੈ। ਹਾਲਾਂਕਿ ਆਸ਼ਾ ਕੁਮਾਰੀ ਨੂੰ ਵੀ ਕਿਸੇ ਨੇ ਨਹੀਂ ਪੁੱਛਣਾ, ਤਾਂ ਵੱਡੇ ਪੱਧਰ 'ਤੇ ਜੇ ਗਠਜੋੜ ਹੋਣਾ ਹੈ ਰਾਹੁਲ ਗਾਂਧੀ ਅਤੇ ਉਹਦੇ ਨਾਲ ਹੋਣਾ ਹੈ, ਆਮ ਆਦਮੀ ਅਰਵਿੰਦ ਕੇਜਰੀਵਾਲ ਨਾਲ, ਜੇ ਹੋਇਆ ਤਾਂ ਆਉਂਦੀਆਂ ਇਲੈਕਸ਼ਨ ਤੋਂ ਪਹਿਲਾਂ ਹੋਏਗਾ, ਲੇਕਿਨ ਫਿਲਹਾਲ ਆਸ਼ਾ ਕੁਮਾਰੀ ਨੇ ਕਿਹਾ। ਡਾਕਟਰ ਸਾਹਿਬ ਹੁਣ ਜੇ ਅਸੀਂ ਗੱਲ ਕਰੀਏ ਆਟਾ ਦਾਲ ਸਕੀਮ ਦੇ ਨਾਲ ਨਾਲ ਹੁਣ ਕਾਂਗਰਸ ਨੇ ਚਾਹ ਪੱਤੀ ਤੇ ਚੀਨੀ ਦੇਣ ਦੀ ਵੀ ਤਿਆਰੀ ਕਰ ਲਈ ਹੈ। ਦੇਖੋ ਗੱਲ ਇਹ ਹੈ ਕਿ ਇਹਨਾਂ ਨੇ ਜਿਹੜਾ ਮੈਨੀਫੈਸਟੋ ਹੁੰਦਾ ਉਹਦੇ 'ਚ ਕਿਹਾ ਸੀ, ਚੋਣ ਮਨੋਰਥ ਪੱਤਰ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਸਾਰਾ ਕਰਜ਼ਾ ਮਾਫ਼ ਕਰਾਂਗੇ, ਅਕਾਲੀ ਆਟਾ ਦਾਲ ਦਿੰਦੇ ਨੇ, ਅਸੀਂ ਤੁਹਾਨੂੰ ਨਾਲ ਚਾਹ ਪੱਤੀ ਵੀ ਦੇਵਾਂਗੇ, ਚੀਨੀ ਵੀ ਦੇਵਾਂਗੇ ਜੀ, ਲੇਕਿਨ ਕੀ ਦਿੱਤਾ ਕੁਛ ਨਹੀਂ ਜੀ। ਉਹਦਾ ਬਹਾਨਾ ਇਹ ਲਾਇਆ ਸੀ ਕਿ ਜਿਹੜੇ ਕਾਰਡ ਬਣੇ ਨੇ ਨਾ ਯੈਲੋ ਜੀ, ਉਹ ਪੀਲੇ ਕਾਰਡ ਠੀਕ ਨਹੀਂ ਬਣੇ ਜੀ, ਜਾਲੀ ਬੰਦਿਆਂ ਦੇ ਬਣੇ ਨੇ ਜੀ, ਬਣੇ ਹੋਣੇ, ਬਿਲਕੁਲ ਸਹੀ ਗੱਲ ਹੈ। ਔਰ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਸਭ ਤੋਂ ਜ਼ਿਆਦਾ ਜਿਹੜੇ ਗਲਤ ਕਾਰਡ ਬਣੇ ਨੇ ਉਹ ਬਿਕਰਮਜੀਤ ਸਿੰਘ ਮਜੀਠੀਆ ਦੇ ਹਲਕੇ 'ਚ ਬਣੇ ਨੇ ਜੀ, ਕੁਛ ਕਰਤਾ ਹੋਊਗਾ। ਮਤਲਬ ਲੋਕਾਂ ਨੂੰ ਮੰਗ 'ਤੇ ਬਣਾਉਣ ਵੱਲ ਸਰਕਾਰਾਂ ਚੱਲੀਆਂ ਨੇ, ਇਹ ਗੱਲ ਕਦੇ ਸਮਝ ਲਓ ਕਿ ਤੁਹਾਨੂੰ ਮੁਫ਼ਤ ਦੇ ਦਾਂਗੇ ਅਸੀਂ ਆਟਾ ਦਾਲ, ਰੁਜ਼ਗਾਰ ਨਹੀਂ ਆਟਾ ਦਾਲ ਦੇ ਦਾਂਗੇ, ਇੰਨਾ ਕੁ ਤੁਸੀਂ ਲਓ ਸਾਨੂੰ ਵੋਟ ਪਾਈ ਚੱਲੋ, ਇਹ ਹੈ ਸਟ੍ਰੈਟਜੀ। ਹੁਣ ਇਹਨਾਂ ਦਾ ਮਿਨਿਸਟਰ ਇਹ ਕਹਿੰਦਾ ਕਿ ਭਾਰਤ ਭੂਸ਼ਣ ਆਸ਼ੂ ਕਿ ਜੀ ਅਸੀਂ ਜੁਲਾਈ ਤੋਂ ਤੁਸੀਂ ਆਟਾ ਦਾਲ ਦਿੰਦੇ ਸੀ ਅਕਾਲੀ, ਅਸੀਂ ਨਾਲ ਚਾਹ ਪੱਤੀ ਵੀ ਦੇਵਾਂਗੇ, ਚੀਨੀ ਵੀ ਦੇਵਾਂਗੇ, ਬਿਲਕੁਲ ਦੇ ਸਕਦੇ ਨੇ, ਪਹਿਲਾਂ ਵੀ ਦਿੰਦੇ ਰਹੇ ਨੇ, ਕਦੇ ਦੇਤੀ 2 ਮਹੀਨੇ ਬਾਅਦ ਆ ਗਿਆ ਫਿਰ ਦੇਤੀ, ਇਹ ਚੱਲਦਾ ਰਹੂਗਾ। ਲੇਕਿਨ ਗੱਲ ਤਾਂ ਇਹ ਹੈ ਕਿ ਕੀ ਇਹਦੇ ਨਾਲ ਸੂਬੇ ਦਾ ਵਿਕਾਸ ਹੁੰਦਾ ਹੈ? ਬਿਲਕੁਲ, ਸੂਬਾ ਇਹ ਚਾਹੁੰਦਾ ਹੈ ਕਿ ਸਾਨੂੰ ਤੁਸੀਂ ਰੁਜ਼ਗਾਰ ਦਿਓ, ਬਿਲਕੁਲ ਜੀ, ਤੁਸੀਂ ਲੋਕਾਂ ਨੂੰ ਮੰਗਤੇ ਬਣਾਉਣ ਦੇ ਵੱਲ ਤੁਰੇ ਹੋ, ਇਹ ਕੋਈ ਬਹੁਤ ਵਧੀਆ ਗੱਲ ਨਹੀਂ ਹੈ। ਤੁਸੀਂ ਆਟਾ ਦਾਲ ਦਿਓਗੇ, ਤੁਸੀਂ ਚਾਹ ਪੱਤੀ ਦਿਓਗੇ, ਤੁਸੀਂ ਚੀਨੀ ਵੀ ਦੇ ਦਿਓਗੇ, ਇਹਦੇ ਲਈ ਅਸੀਂ ਕਹਿ ਸਕਦੇ ਹਾਂ ਤੁਸੀਂ ਆਪਦਾ ਵਾਅਦਾ ਪੂਰਾ ਕਰ ਲਿਆ, ਵਾਅਦਾ ਤਾਂ ਰੁਜ਼ਗਾਰ ਦਾ ਪੂਰਾ ਕਰੋ, ਉਦੋਂ ਲੋਕ ਮੰਨਣਗੇ ਜੀ। ਡਾਕਟਰ ਸਾਹਿਬ ਬਰਗਾੜੀ ਵਿਖੇ ਹਰਨਾਮ ਸਿੰਘ ਧੁੰਮਾ ਪਹੁੰਚੇ ਤੇ ਮਤਵਾਜੀ ਜਥੇਦਾਰਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ। ਦੇਖੋ ਜੀ, ਧਰਨੇ ਤੇ ਬੈਠੇ ਨੇ ਧਿਆਨ ਸਿੰਘ ਮੰਡ ਹੋਰੀ,
ਧੁੰਮਾ ਸਾਹਿਬ ਦਾ ਪਹੁੰਚਣਾ ਬਣਦਾ ਹੈ। ਕੈਪਟਨ ਸਾਹਿਬ ਨੇ ਉਧਰੋਂ ਜਿਸ ਤਰੀਕੇ ਨਾਲ ਉਹਨਾਂ ਨੂੰ ਕੁਰਕੀ ਮਾਰੀ ਔਰ ਦੂਜੇ ਪਾਸੇ ਉਹਨਾਂ ਨੇ ਵੀ ਉੱਥੇ ਜਾ ਕੇ ਇਹੀ ਕਿਹਾ ਕਿ ਕਈ ਬੰਦੇ ਇਹੋ ਜਿਹੇ ਗਲਤ ਆਗੂ ਆ ਗਏ ਸੀ, ਉਹਨਾਂ ਦਾ ਇਸ਼ਾਰਾ ਸਿੱਧਾ ਹੀ ਸੰਤ ਰਣਜੀਤ ਸਿੰਘ ਢੱਡਰਿਆਂ ਵਾਲੇ ਵੱਲ ਸੀ। ਤੋ ਇਹ ਇਸ ਕਿਸਮ ਦੀ ਜਿਹੜੀ ਕਹਾਣੀ ਉਹ ਚੱਲਦੀ ਹੈ। ਸਿਆਸਤ ਸਭ ਪਾਸੇ ਸਿਆਸਤ ਹੈ, ਸਾਡੇ ਵੀ ਸਿਆਸਤ ਪੋਲੀਟੀਕਲ ਬੰਦੇ ਨੇ ਤੇ ਕਰ ਲਈ, ਸੰਤਾਂ ਦੀ ਵੀ ਸਿਆਸਤ ਹੈ, ਪ੍ਰਚਾਰਕਾਂ ਦੀ ਸਿਆਸਤ ਹੈ, ਹਰ ਬੰਦੇ ਦੇ ਜਿਹੜਾ ਜਾਂਦਾ ਹੈ ਉਹ ਹੁਣ ਸਿਆਸੀ ਹੋਇਆ ਹੋਇਆ ਤੇ ਉਹਨਾਂ ਨੇ ਉੱਥੇ ਜਿਹੜੀ ਗੱਲ ਕੀਤੀ ਹੈ ਕਿ ਜਿਹੜਾ ਇਹ ਬੈਠੇ ਨੇ ਅਸੀਂ ਇਹਨਾਂ ਦੇ ਨਾਲ ਜਿਹੜੀ ਹਮਦਰਦੀ ਪ੍ਰਗਟ ਕਰ, ਬਲਕਿ ਉਹਨਾਂ ਨੇ ਤਾਂ ਕਿਹਾ ਸੀ ਨਾਲ ਹੈ ਇਹਨਾਂ ਦੇ ਤੇ ਇੱਕ ਪਾਸੇ ਉਹ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਤੇ ਸ਼੍ਰੋਮਣੀ ਅਕਾਲੀ ਦਲ ਜੇ ਹੁਣ ਇੱਕ ਮਹੀਨੇ 'ਚ ਰਿਪੋਰਟ ਆ ਜਾਂਦੀ ਹੈ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਨਾ ਵਿੱਚ ਆ ਜੇ। ਲੇਕਿਨ ਲੱਗਦਾ ਇਹ ਹੈ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਹੈ ਕਿ ਜਿਹੜੀਆਂ ਕੜੀਆਂ ਜੁੜ ਰਹੀਆਂ ਨੇ ਬਰਗਾੜੀ ਕਾਂਡ ਦੀਆਂ ਉਹ ਸਿਰਸੇ ਵੱਲ ਨੂੰ ਜਾ ਰਹੀਆਂ ਨੇ ਔਰ ਇਹ ਲੱਗਦਾ ਇਹ ਹੈ ਕਿ ਸਿਰਸਾ ਦਾ ਜਿਹੜਾ ਸੰਤ ਗੁਰਮੀਤ ਰਾਮ ਰਹੀਮ ਸਿੰਘ ਜਿਹੜਾ ਸੱਚਾ ਸੌਦਾ ਹੈ ਉਹਦੇ ਚੇਲਿਆਂ ਦੀ ਕਾਰਵਾਈ ਵੱਲੋਂ ਇਸ਼ਾਰਾ ਜਾ ਰਿਹਾ ਹੈ। ਬਾਕੀ ਤਾਂ ਜਦੋਂ ਸਪਸ਼ਟ ਹੋਏਗੀ ਸਥਿਤੀ ਉਦੋਂ ਪਤਾ ਚੱਲੇਗਾ। ਲੇਕਿਨ ਕੱਲ੍ਹ ਹਰਨਾਮ ਸਿੰਘ ਧੁੰਨਾ ਉੱਥੇ ਗਏ, ਧੁੰਮਾ ਸਾਹਿਬ ਉਹਨਾਂ ਨੇ ਗੱਲਬਾਤ ਕੀਤੀ, ਇਹ ਆਪਣੇ ਆਪ 'ਚ ਵੱਡੀ ਖਬਰ ਹੈ ਜੀ। ਡਾਕਟਰ ਸਾਹਿਬ, ਬਰਨਾਲਾ ਜਬਰ ਜਨਾਹ ਕਾਂਡ ਨੇ ਨਵਾਂ ਮੋੜ ਲਿਆ, ਹੁਣ ਲੜਕੀ ਨੇ ਦੱਸਿਆ ਕਿ ਉਸਦੇ ਪਿਓ ਦਾ ਦੋਸਤ ਹੀ ਰੇਪਿਸਟ ਸੀ। ਦੇਖੋ ਇਹ ਬੜੀ ਮਾੜੀ ਜਿਹੀ ਗੱਲ ਹੈ, ਇਹ ਸਭ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੋ ਮੁੰਡੇ ਨੌਜਵਾਨ ਮੁੰਡੇ ਨੂੰ ਫੜ ਲਿਆ ਗਿਆ ਕਿ ਸਿਵਲ ਹਸਪਤਾਲ ਦੇ ਵਿੱਚ ਕੁੜੀ ਨੇ ਇਹ ਕਿਹਾ ਉਹਦੀ ਮਾਂ ਦਾਖਲ ਸੀ, ਪਾਣੀ ਲੈਣ ਗਈ ਕੂਲਰ ਤੋਂ, ਕਹਿੰਦੀ ਮੇਰੇ ਨਸ਼ਾ ਦਾ ਟੀਕਾ ਲਾ ਕੇ ਜਿਹੜਾ ਹੈ ਉਹ ਮੇਰੇ ਨਾਲ ਰੇਪ ਕੀਤਾ ਇਹਨਾਂ ਦੋ ਮੁੰਡਿਆਂ ਨੇ ਔਰ ਜਦੋਂ ਮੈਡੀਕਲ ਕਰਾਇਆ ਰੇਪ ਆ ਵੀ ਗਿਆ, ਉਹ ਮੁੰਡੇ ਫੜੇ ਵੀ ਗਏ। ਹੁਣ ਜਦੋਂ ਜਿਹੜੀ ਇੰਸਪੈਕਟਰ ਪੁਲਿਸ ਜਿਹੜੀ ਹੈ ਉਹ ਇਨਵੈਸਟੀਗੇਟ ਕਰਦੀ ਹੈ ਕੁੜੀ ਤੋਂ ਉਹਨੂੰ ਚੰਗੀ ਤਰ੍ਹਾਂ ਪੁੱਛਿਆ, ਜਿਹੜੀ ਬੀਬੀ ਇੰਸਪੈਕਟਰ ਇਸ ਨੂੰ ਦੇਖ ਰਹੀ ਸੀ ਕੁੜੀ ਮੰਨ ਗਈ, ਕਹਿੰਦੀ ਉਹ ਮੁੰਡੇ ਨਹੀਂ ਜੀ, ਅਸਲ ਤਾਂ ਉਹਦਾ ਪਿਓ ਕੁੜੀ ਦਾ ਟਰੱਕ ਚਲਾਉਂਦਾ ਤੇ ਉਹਦੇ ਜਦੋਂ ਉਹਦੀ ਮਾਂ ਦਾਖਲ ਸੀ ਘਰ ਦੇਖਣ ਲਈ ਉਹਨੇ ਆਪਦੇ ਖੋਲ ਟਰੱਕ ਡਰਾਈਵਰ ਨੂੰ ਦੋਸਤ ਨੂੰ ਕਹਿਤਾ ਕਿ ਤੂੰ ਘਰ ਦਾ ਖਿਆਲ ਰੱਖੀ। ਕੁੜੀ ਜਦੋਂ ਘਰ ਗਈ ਤੇ ਉਹਨੇ ਉਹਦੇ ਅੰਕਲ ਨੇ ਜਾਂ ਸਭ ਉਹਦੇ ਫਾਦਰ ਦੇ ਦੋਸਤ ਨੇ ਪਿਓ ਦੇ ਦੋਸਤ ਨੇ ਉਹਨੂੰ ਰੇਪ ਕੀਤਾ। ਹੁਣ ਉਹ ਮੰਨ ਗਈ, ਕਹਿੰਦੀ ਮੈਂ ਤਾਂ ਡਰਦੀ ਨੇ ਉਦੋਂ ਦੱਸਿਆ ਸੀ ਤੇ ਹੁਣ ਵਿਚਾਰੇ ਬੱਚਿਆਂ ਦਾ ਨੁਕਸਾਨ ਹੋਇਆ ਉਹਨਾਂ ਦੀ, ਜੇ ਸੱਚਮੁੱਚ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣਗੀਆਂ ਤਾਂ ਹੀ ਇਹਨਾਂ 'ਤੇ ਕਈ ਵਾਰੀ ਜਿਹੜਾ ਇਨਸਾਫ਼ ਮਿਲਣ ਦੀ ਆਸ ਘੱਟ ਜਾਂਦੀ ਹੈ। ਤੋ ਇਹ ਤਾਂ ਬਹੁਤ ਬਚ ਕੇ ਜਾਗਰੂਕ ਕਰੀਏ ਲੋਕਾਂ ਨੂੰ, ਪੁਲਿਸ ਨੂੰ ਕਿ ਗ੍ਰਿਫਤਾਰੀ ਤੋਂ ਪਹਿਲਾਂ, ਇਹ ਗ੍ਰਿਫਤਾਰੀ ਤੋਂ ਪਹਿਲਾਂ ਜੇ ਹੋ ਜਾਂਦੀ ਤਾਂ ਸ਼ਾਇਦ ਇਸ ਕਿਸਮ ਦੀ ਗੱਲ ਨਾ ਆਉਂਦੀ ਤਾਂ ਸਾਨੂੰ ਇਹ ਖਬਰ ਇਸ ਤਰ੍ਹਾਂ ਨਹੀਂ ਲੈਣੀ ਪੈਂਦੀ। ਅਸੀਂ ਬਿਲਕੁਲ ਖਿਲਾਫ਼ ਹਾਂ, ਇਹ ਜਿਹੜੀਆਂ ਬਲਾਤਕਾਰ ਦੀਆਂ ਘਟਨਾਵਾਂ ਹੋ ਰਹੀਆਂ ਨੇ ਉਹਦੇ ਬਿਲਕੁਲ ਖਿਲਾਫ਼ ਹਾਂ। ਅਸੀਂ ਨਹੀਂ ਚਾਹੁੰਦੇ ਕਿ ਕਿਤੇ ਵੀ ਕਿਸੇ ਦੀ ਇੱਜ਼ਤ ਨਾਲ ਕੋਈ ਖੇਡੇ, ਲੇਕਿਨ ਅਸੀਂ ਇਹ ਚਾਹੁੰਦੇ ਹਾਂ ਕਿ ਬਿਲਕੁਲ ਸਹੀ ਇਨਸਾਫ਼ ਸਭ ਨੂੰ ਮਿਲੇ, ਇਸ ਪਾਸੇ ਜ਼ਰੂਰ ਧਿਆਨ ਰੱਖਣ ਦੀ ਲੋੜ ਹੈ ਪੁਲਿਸ ਨੂੰ ਜੀ। ਡਾਕਟਰ ਸਾਹਿਬ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਇੱਕ ਜਥਾ ਪਾਕਿਸਤਾਨ ਪਹੁੰਚ ਗਿਆ, ਸਵਾਗਤ ਕੀਤਾ ਉੱਥੇ ਔਕਾਫ ਬੋਰਡ ਨੇ ਜੀ। ਉਹ ਵੀ ਸਾਡੀ ਆਪਦੀ ਸਿਆਸਤ ਹੈ, ਸ਼੍ਰੋਮਣੀ ਕਮੇਟੀ ਜਿਹੜੇ ਕੈਲੰਡਰ ਦੇ ਹਿਸਾਬ ਨਾਲ ਮਨਾਉਣਾ ਚਾਹੁੰਦੀ ਸੀ, ਵੀਜ਼ਾ ਨਹੀਂ ਮਿਲਿਆ, ਲੇਕਿਨ ਪਰਮਜੀਤ ਸਿੰਘ ਸਰਨਾ ਦੇ ਉੱਤੇ ਕਾਫੀ ਜਿਹੜੇ ਰਿਲੇਸ਼ਨ ਨੇ ਜੀ, ਉਹਨਾਂ ਨੇ ਆਪਦਾ ਜਿਹੜਾ ਜੱਥਾ ਉੱਥੇ ਭੇਜਤਾ ਔਰ ਉਹ ਜੱਥੇ ਦਾ ਸਵਾਗਤ ਹੋਇਆ ਔਰ ਉਹ ਮਨਾਏਗਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਦਿਨ। ਬਾਕੀ ਉੱਥੇ ਸ਼ਹੀਦੀ ਪੁਰਬ ਉੱਥੇ ਦੁਨੀਆਂ ਦੇ ਵਿੱਚੋਂ, ਸਾਰੇ ਦੁਨੀਆਂ ਦੇ ਵਿੱਚੋਂ ਲੋਕ ਆਉਂਦੇ ਨੇ ਦੇਰਾ ਸਾਹਿਬ ਔਰ ਉੱਥੇ ਸਾਡੇ ਪੰਜਾਬ 'ਚ ਵੀ ਲੋਕ ਗਏ ਨੇ। ਚੰਗਾ ਹੁੰਦਾ ਸ਼੍ਰੋਮਣੀ ਕਮੇਟੀ ਦਾ ਜਥਾ ਵੀ ਉੱਥੇ ਜਾਂਦਾ, ਪਾਕਿਸਤਾਨ ਨੂੰ ਸਾਡੀ ਜਿਹੜੀ ਅੰਦਰਲੀ ਲੜਾਈ ਹੈ ਉਹਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਉਹਨਾਂ ਨੂੰ ਕੀ ਲੋੜ ਹੈ ਕਿ ਸ਼੍ਰੋਮਣੀ ਕਮੇਟੀ ਦਿੱਲੀ, ਸ਼੍ਰੋਮਣੀ ਕਮੇਟੀ ਦੇ ਹਾਰੇ ਹੋਏ ਦਿੱਲੀ ਦੇ ਪ੍ਰਧਾਨ ਹੋਣ ਜਾਂ ਜਿੱਤੇ ਹੋਣ ਜਾਂ ਸਾਡੀ ਕਮੇਟੀ ਹੋਵੇ, ਸਿੱਖ ਸਰਦਾਰ ਉੱਧਰ ਜਾਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਵੀਜ਼ਾ ਦੇ ਦੇਣਾ ਚਾਹੀਦਾ ਸੀ। ਇਹ ਗੱਲ ਗਲਤ ਹੋਈ ਹੈ ਜੀ। ਡਾਕਟਰ ਸਾਹਿਬ, ਵੱਧ ਰਹੇ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਜੋ ਕੱਲ੍ਹ ਟ੍ਰੈਫਿਕ ਪੁਲਿਸ ਵੱਲੋਂ 1.5 ਲੱਖ ਜੁਰਮਾਨੇ ਕੀਤੇ ਗਏ, ਚੰਗਾ ਉਪਰਾਲਾ ਮੈਂ ਮੰਨਦਾ ਕਿ ਜੇ ਸ਼ੋਰ ਵੱਲ ਵੀ ਧਿਆਨ ਗਿਆ ਸਾਡਾ, ਅਸੀਂ ਪਾਣੀਆਂ ਦੇ ਪ੍ਰਦੂਸ਼ਣ ਦੀ ਤਾਂ ਬਹੁਤ ਗੱਲ ਹੁਣ ਕਰ ਰਹੇ ਹਾਂ। ਮੇਰਾ ਪਰਸੋਂ ਹੀ ਚੜ੍ਹਦੀ ਕਲਾ ਦੇ ਵਿੱਚ ਇੱਕ ਆਰਟੀਕਲ ਛਪਿਆ ਸੀ ਕਿ ਗੀਤਾਂ ਨੂੰ ਸਜ਼ਾ ਹੋਈ, ਗਲੀ ਗਲੀ ਸ਼ੋਰ ਬੁੱਕ ਵਿਕਦਾ, ਗੀਤਾਂ ਨੂੰ ਸਜ਼ਾ ਹੋਈ। ਮਤਲਬ ਹੁਣ ਤਾਂ ਸ਼ੋਰ ਸਾਡੇ ਗਾਣਿਆਂ 'ਚ ਵੀ ਸ਼ੋਰ, ਸੜਕਾਂ 'ਤੇ ਵੀ ਸ਼ੋਰ। ਜਦੋਂ ਕੈਨੇਡਾ ਤੋਂ ਆਈਦਾ ਜਾਂ ਜਦੋਂ ਕੈਨੇਡਾ ਜਾਈਦਾ ਹੈਰਾਨੀ ਹੁੰਦੀ ਹੈ
मैं एक बार 2 महीने बाद आया तो मैनू उत्थे हॉर्न की आवाज नहीं सुनी 2 महीने तो इत्थे तो लिखा होंदा पिछे भी हॉर्न बजाओ तो वो प्रेशर हॉर्न कल फोटो खिंचाइया पुलिस वाले ने बड़े बड़े पाइपां ले हॉर्न ला के पटियाले दे विच जिहड़े है वड्डे पद्धर ते उह उतारे गए प्रेशर हॉर्न सड़कां ते वड्डे वड्डे प्रेशर हॉर्न बजदे जा रहे ने इह दा बड़ा नुकसान हुंदा है ਇਹ ਪ੍ਰਦੂਸ਼ਣ ਬੋਰਡ ਦੇ ਵੱਲੋਂ ਇਸ ਕਿਸਮ ਦੀ ਮੁਹਿੰਮ ਸ਼ੁਰੂ ਕਰਨਾ ਆਪਣੇ ਆਪ 'ਚ ਪ੍ਰਸ਼ੰਸਾਯੋਗ ਕਦਮ ਹੈ ਇਹਨੂੰ ਲਗਾਤਾਰ ਜਾਰੀ ਰੱਖਣਾ ਚਾਹੀਦਾ ਹੈ ਔਰ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਬਿਨਾਂ ਵਜਾ ਹਾਰਨ ਨਾ ਵਜਾਉਣ ਪਰ ਸ਼ੋਰ ਪ੍ਰਦੂਸ਼ਣ ਤੋਂ ਬਚਣ ਦੀ ਗੱਲ ਕਰਨ ਰਾਤਾਂ ਨੂੰ ਚਾਹੇ ਜਗਰਾਤੇ ਨੇ ਚਾਹੇ ਹੋਰ ਧਾਰਮਿਕ ਫੰਕਸ਼ਨ ਨੇ ਉਹ ਆਪਣੇ ਉੱਥੇ ਹੀ ਹੋਣ ਜਿੰਨੇ ਕੁ ਏਰੀਏ 'ਚ ਉਹ ਹੈ ਦੂਜੇ ਲੋਕਾਂ ਨੂੰ ਸ਼ੋਰ ਦਾ ਖਿਆਲ ਰੱਖਣਾ ਚਾਹੀਦਾ ਜੀ ਡਾਕਟਰ ਸਾਹਿਬ ਬਹੁਤ ਧੰਨਵਾਦ ਆਪ ਜੀ ਦਾ ਸ਼ੋਅ ਵਿੱਚ ਆਉਣ ਦੇ ਲਈ ਧੰਨਵਾਦ ਦਰਸ਼ਕਾਂ ਦਾ ਸ਼ੋਅ ਦੇਖਣ ਦੇ ਲਈ ਹੁਣ ਸਾਨੂੰ ਦਿਓ ਆਗਿਆ ਸਤਿ ਸ਼੍ਰੀ ਅਕਾਲ।